ਸਮੂਹ ਨਹੀਂ ਕਾਦਲ ਬਾਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ। ਤੁਸੀਂ ਅੱਜ ਤੋਂ ਹੀ ਬਲਦੇਵ ਖਹਿਰਾ ਜੀ ਨੂੰ ਆਜ਼ਾਦ ਦਾ ਦਾਤਰੀ ਬਣਾਉਣਾ, ਅੱਜ ਤੋਂ ਹੀ ਬਲਦੇਵ ਖਹਿਰਾ ਜੀ ਨੂੰ ਬਤੌਰ ਵਿਧਾਨਸਭਾ ਦਾ MLA ਸਮਝੋ। ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਦੋਨਾਂ ਪਾਰਟੀਆਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਬਹੁਤ ਬਹੁਤ ਵਧਾਈਆਂ। ਬਲਦੇਵ ਸਿੰਘ ਖਹਿਰਾ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਔਜਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਬਲਦੇਵ ਸਿੰਘ ਖਹਿਰਾ ਜੀ ਅੱਜ ਤੋਂ ਹੀ MLA ਨੇ, ਜਿੱਤ ਜਿਹੜੀ ਆ ਪੱਕੀ ਹੋ ਚੁੱਕੀ ਆ, ਸਾਰੇ ਪਿੰਡਾਂ ਦਾ ਸਰਵੇ ਹੋ ਚੁੱਕਾ, ਹਰੇਕ ਪਿੰਡ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਬਲਦੇਵ ਸਿੰਘ ਖਹਿਰਾ ਜੀ ਜਿੱਤ ਪ੍ਰਾਪਤ ਕਰਨਗੇ। ਇੰਨੀਆਂ ਬਹੁਤ ਵਧੀਆ ਜਿਹੜਾ ਰਿਜ਼ਲਟ ਸ਼੍ਰੋਮਣੀ ਅਕਾਲੀ ਦਲ ਮਾਡਲ ਮਾਨਸਾ ਦੇ ਸਾਰੇ ਸਿੱਧੀ ਲੀਡਰ ਤੇ ਮੇਰੇ ਸਾਹਮਣੇ ਬਲਾਜਮਾ ਦੋਵਾਂ ਪਾਰਟੀਆਂ ਦੇ ਵਿਧਾਨੋ ਲੀਡਰ ਬਰਕਤ ਸਹਿਬਾਨ ਵਰਗੀਆਂ ਭੈਣਾਂ ਵਰਗੀਆਂ ਮਾਵਾਂ ਸਰਕਾਰ ਤੋਂ ਜੂਠ ਅਕਾਲੀ ਦਲ ਦੇ ਨੌਜਵਾਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਮਾਂ ਬੜਾ ਥੋੜ੍ਹਾ ਹੈ ਔਰ ਜੋ ਬੰਦਾ ਤੁਸੀਂ ਜੋਰਦਾਰ ਪਾਇਆ ਜਿਹੜੀ ਫਸਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਸਮੇਂ ਦੇ ਦੌਰਾਨ ਆਪਣੇ ਘਰ ਦੇ ਪਿਆਰਿਆਂ ਨੂੰ ਛੱਡ ਦਿੱਤਾ, ਆਪਣੀਆਂ ਧਰਤੀਆਂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਔਰ ਪਾਰਟੀ ਦੀ ਉਹ ਸੇਵਾ ਕੀਤੀ। ਤੁਸੀਂ ਅੱਜ ਤੋਂ ਹੀ ਬਲਦੇਵ ਖਹਿਰਾ ਜੀ ਨੂੰ ਆਜ਼ਾਦ ਦਾ ਦਾਤਰੀ ਬਣਾਉਣਾ, ਅੱਜ ਤੋਂ ਹੀ ਬਲਦੇਵ ਖਹਿਰਾ ਜੀ ਨੂੰ ਬਤੌਰ ਵਿਧਾਨਸਭਾ ਦਾ MLA ਸਮਝੋ। ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਦੋਨਾਂ ਪਾਰਟੀਆਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਬਹੁਤ ਬਹੁਤ ਵਧਾਈਆਂ। ਬਲਦੇਵ ਸਿੰਘ ਖਹਿਰਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਔਜਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਬਲਦੇਵ ਸਿੰਘ ਖਹਿਰਾ ਜੀ ਅੱਜ ਤੋਂ ਹੀ MLA ਨੇ, ਜਿੱਤ ਜਿਹੜੀ ਆ ਪੱਕੀ ਹੋ ਚੁੱਕੀ ਆ, ਸਾਰੇ ਪਿੰਡਾਂ ਦਾ ਸਰਵੇ ਹੋ ਚੁੱਕਾ, ਹਰੇਕ ਪਿੰਡ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਬਲਦੇਵ ਸਿੰਘ ਖਹਿਰਾ ਜੀ ਜਿੱਤ ਪ੍ਰਾਪਤ ਕਰਨਗੇ। ਇੰਨੀਆਂ ਆਗੂ ਸਾਹਿਬਾਨ ਬੀਬੀਆਂ ਭੈਣਾਂ ਔਰ ਜੋ ਬੰਦਾ ਤੁਸੀਂ ਜੋਰਦਾਰ ਪਾਇਆ ਜਿਹੜੀ ਫਸਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਸਮੇਂ ਦੇ ਦੌਰਾਨ ਆਪਣੇ ਘਰ ਦੇ ਪਿਆਰਿਆਂ ਨੂੰ ਛੱਡ ਦਿੱਤਾ, ਆਪਣੀਆਂ ਧਰਤੀਆਂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਔਰ ਪਾਰਟੀ ਦੀ ਉਹ ਸੇਵਾ ਕੀਤੀ। ਮੰਚ ਦੇ ਦਾਤਾ ਸ਼੍ਰੋਮਣੀ ਅਕਾਲੀ ਦਲ ਮਾਡਲ ਮਾਨਸਾ ਦੇ ਸਾਰੇ ਸਿੱਧੀ ਲੀਡਰ ਤੇ ਮੇਰੇ ਸਾਹਮਣੇ ਬਲਾਜਮਾ ਦੋਵਾਂ ਪਾਰਟੀਆਂ ਦੇ ਵਿਧਾਨੋ ਲੀਡਰ ਬਰਕਤ ਸਹਿਬਾਨ ਵਰਗੀਆਂ ਭੈਣਾਂ ਵਰਗੀਆਂ ਮਾਵਾਂ ਸਰਕਾਰ ਤੋਂ ਜੂਠ ਅਕਾਲੀ ਦਲ ਦੇ ਨੌਜਵਾਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਮਾਂ ਬੜਾ ਥੋੜ੍ਹਾ ਹੈ ਤੁਹਾਨੂੰ ਬੜੇ ਬਹੁਤ ਵਧੀਆ
ਸਮੂਹ ਨੇ ਕੱਲ੍ਹ ਬਾਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਹਲਕਾ ਵਿਧਾਇਕ ਫਲੌਰ ਵੱਲੋਂ ਨਿੱਜੀ ਪਿੰਡ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਦੇਵ ਸਿੰਘ ਨੇ ਵੋਟਰਾਂ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ 10 ਮਾਰਚ ਨੂੰ ਸਮੋਨਿਕਾ ਬਾਦਲ ਅਤੇ ਬਾਸਪਾ ਦੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ, ਜੋ ਜਨਤਾ ਨਾਲ ਵਾਅਦੇ ਕੀਤੇ ਉਹ ਪੂਰੇ ਕਰਨਗੇ। ਕੈਮਰਾ ਡੈਂਪਨਾ ਇਸ ਨਗਰੀ ਫਲੌਰ ਤੋਂ ਵਿਸ਼ੇਸ਼ ਰਿਪੋਰਟ।